ਸੌਣ ਮਹੀਨੇ ਦੀ ਪਹਿਲੀ ਬਰਸਾਤ ਨੇ ਸੰਗਤ ਮੰਡੀ ਅਧੀਨ ਪੈਂਦੇ ਪਿੰਡ ਘੁੱਦਾ ਅਤੇ ਪਿੰਡ ਬਾਜਕ ਦੇ ਕਿਸਾਨਾਂ ਦੀਆਂ ਆਸਾਂ ਤੇ ਪਾਣੀ ਫੇਰ ਦਿੱਤਾ ਹੈ। ਅੱਜ ਸਵੇਰੇ ਕਰੀਬ 5 ਵਜੇ ਤਿਉਣਾ ਰਜਵਾਹੇ ਵਿੱਚ 30 ਫੁੱਟ ਚੌੜਾ ਪਾੜ ਪੈਣ ਕਾਰਨ ਕਿਸਾਨਾਂ ਦੀ ਸੈਂਕੜੇ ਏਕੜ ਨਰਮੇ ਅਤੇ ਝੋਨੇ ਦੀ ਫਸਲ ਤਬਾਹ ਹੋ ਗਈ। ਇਸ ਸੰਬੰਧੀ ਪੀੜਿਤ ਕਿਸਾਨਾਂ ਨੇ ਵਿਭਾਗ ਉੱਤੇ ਦੋਸ਼ ਲਗਾਉਂਦਿਆਂ ਕਿਹਾ ਕਿ ਜੇਕਰ ਵਿਭਾਗ ਸਮੇਂ ਉੱਤੇ ਇਸ ਰਜਵਾਹੇ ਵੱਲ ਧਿਆਨ ਦਿੰਦਾ ਤਾਂ ਸ਼ਾਇਦ ਇਹ ਨੁਕਸਾਨ ਹੁਣ ਬਚ ਜਾਂਦਾ। ਇਸ ਮੌਕੇ ਪੀੜਿਤ ਕਿਸਾਨਾਂ ਨੇ ਸਰਕਾਰ ਤੋਂ ਇਸ ਫਸਲ ਦੇ ਹੋਏ ਨੁਕਸਾਨ ਦੀ ਯੋਗ ਮੁਆਵਜ਼ੇ ਦੀ ਮੰਗ ਕੀਤੀ ਹੈ। ਪਤਾ ਲੱਗਿਆ ਜੀ ਬਾਜਕ ਰੋਡ 'ਤੇ 5-4 ਕਿੱਲੇ ਅੱਗੇ ਪਿੱਛੇ ਜੋ ਕਿ ਮਤਲਬ ਵੀ ਸੂਹਾ ਟੁੱਟਿਆ ਘੁੱਦੇ ਵਾਲੇ ਪਾਸੇ ਜੀ, ਪਾਣੀ ਬਹੁਤ ਜਾ ਰਿਹਾ, ਕੋਈ ਪ੍ਰਸ਼ਾਸਨ ਨੇ ਕੋਈ ਧਿਆਨ ਨਹੀਂ ਦਿੱਤਾ। ਸਿਰਫ SHO ਸਾਹਿਬ ਮੌਕਾ ਵੇਖ ਕੇ ਗਏ ਨਾ ਅਤੇ ਪਾਣੀ ਬਹੁਤ ਜ਼ਿਆਦਾ ਹੋ ਚੁੱਕਿਆ ਜੀ, ਝੋਨਾ ਨਰਮਾ ਬਹੁਤ ਖਤਮ ਹੋ ਚੁੱਕਿਆ, ਜ਼ਿਆਦਾ ਤੌਰ 'ਤੇ ਵੀ ਕਿਸਾਨ ਨੂੰ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਜੀ। ਨਾ ਸੂਹੇ ਦੀ ਸਫਾਈ ਬਿਲਕੁਲ ਨਹੀਂ ਹੋਈ, ਬਹੁਤ ਜ਼ਿਆਦਾ ਹਾਲਤ ਮਾੜੀ ਹੈ। ਇਸ ਕਰਕੇ ਵੀ ਮੁਆਵਜ਼ਾ ਵੀ ਕਿਸਾਨਾਂ ਨੂੰ ਦਿੱਤਾ ਜਾਵੇ, ਹੋਰ ਵੀ ਮਹਿਕਮੇ ਪ੍ਰਸ਼ਾਸਨ ਨੂੰ ਵੀ ਧਿਆਨ 'ਚ ਲਿਆਉਂਦਾ ਵੀ ਛੇ ਤੋਂ ਛੇ ਕੋਈ ਆ ਕੇ ਇਹਦਾ ਕੋਈ ਪ੍ਰਬੰਧ ਕਰਨ। ਅਸੀਂ ਜੀ ਤਿਉਣਾ ਰਜਵਾਹਾ ਜਿਹੜਾ ਸੂਹਾ ਟੁੱਟਿਆ ਮਹਿਕਮੇ ਦੀ ਬੇਗਰਜ ਕਰਕੇ ਟੁੱਟਿਆ ਜੀ। ਮਹਿਕਮੇ ਕੋਈ ਵੀ ਮਹਿਕਮੇ ਦਾ ਕੱਲ੍ਹ ਦੇ ਅਸੀਂ ਬੇਨਤੀ ਕਰੀ ਜਾਂਦੇ ਹਾਂ ਸਾਰੀ ਪੰਚਾਇਤ ਪਿੰਡ ਨਗਰ ਵਾਸੀ ਵੀ ਮਹਿਕਮੇ ਵਾਲਿਆਂ ਨੂੰ ਪੜਤਾਓ ਫੋਨ ਕਰ ਹਟੇ ਹਾਂ, ਐਕਸੀਨ ਤੱਕ ਕਰ ਹਟੇ ਹਾਂ, ਕੋਈ ਵੀ ਮਹਿਕਮੇ ਵਾਲਿਆਂ ਦਾ ਇੱਥੇ ਬੰਦਾ ਨਹੀਂ ਆਇਆ ਜੀ। ਸਾਡੇ ਮੈਂ ਸਾਬਕਾ ਸਰਪੰਚ ਪਿੰਡ ਬਾਜਕ ਤੋਂ ਬੋਲ ਰਿਹਾ ਜੀ। ਸਾਡਾ 40 ਕਿੱਲੇ ਝੋਨਾ ਮੇਰਾ ਆ ਗਿਆ ਜੀ, 1,03,000 ਰੁਪਇਆ ਤਾਂ ਅਸੀਂ ਲਵਾਈ ਦਿੱਤੀ ਹੈ ਜੀ, ਜਿਹੜਾ ਨੇ ਠੇਕੇ 'ਤੇ ਲਈ ਹੈ ਸਾਰੇ ਦੇ ਸਾਡਾ ਕਿੰਨੇ ਪੈਸਾ ਨੁਕਸਾਨ ਹੋ ਗਿਆ ਜੀ। ਸਰਕਾਰ ਕੁਛ ਵੀ ਨਹੀਂ ਕਰ ਰਹੀ ਜੀ, ਨਾ ਕੋਈ ਮਹਿਕਮਾ ਇੱਥੇ ਸੂਹਾ ਦੇਖੋ ਜੀ, ਸੂਹਾ ਸਵਾਰਨ ਵਾਲਾ ਕੋਈ ਵੀ ਪੜਤਾਲ ਨਹੀਂ ਰਿਹਾ ਜੀ ਮਹਿਕਮੇ ਦਾ, ਹਾਲੇ ਤੱਕ ਕੋਈ ਵੀ ਬੰਦਾ ਨਹੀਂ ਆਇਆ ਜੀ, ਨਾ ਐਕਸੀਨ ਨਾ ਓਵਰਸੀਡ ਕੋਈ ਬੰਦਾ ਨਹੀਂ ਆਇਆ ਜੀ। ਸਾਡੀ ਪੰਚਾਇਤ ਕੱਲ੍ਹ ਦੀ ਇਹਨਾਂ ਨੂੰ ਬੇਨਤੀਆਂ ਕਰਨ ਲੱਗੇ, ਪਾਣੀ ਘੱਟ ਕਰ ਦਿਓ ਜੀ, ਅਸੀਂ ਖੇਤਾਂ 'ਤੇ ਤੁਰੇ ਫਿਰਦੇ, ਵੇਰ ਕੇ ਸਾਥੋਂ ਟੁੱਟ ਗਿਆ ਜੀ। ਸਾਰੀ ਰਾਤ ਦੇ ਸਾਡੇ ਬੰਦੇ ਇੱਥੇ ਬੈਠੇ, ਕੱਲ੍ਹ ਤੜਕੇ ਦੇ ਆ ਜੀ ਸੁਬਹਾ, ਕੋਈ ਵੀ ਮਹਿਕਮਾ ਪੜਤਾਲ ਨਹੀਂ ਰਿਹਾ, ਨਾ ਓਵਰਸੀਡ ਨਾ ਐਕਸੀਨ, ਕੋਈ ਵੀ ਸਾਡੀ ਕਿਸੇ ਨੇ ਗੱਲ ਨਹੀਂ ਸੁਣੀ ਜੀ। ਇਹ ਮਹਿਕਮੇ ਦੇ ਕਾਰਨ ਟੁੱਟਿਆ, ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਾਂ ਵੀ ਜੇ ਸਾਡਾ ਨੁਕਸਾਨ ਹੋਇਆ ਸਾਨੂੰ ਮੁਆਵਜ਼ਾ ਦਿੱਤਾ ਜਾਵੇ, ਉਹਦਾ ਕਿਸਾਨਾਂ ਦੇ ਬਹੁਤ ਬੁਰੀ ਹਾਲਤ ਨਾਲ ਨਾਸ ਹੋ ਗਈ ਜੀ ਫਸਲ ਸਾਰੀ। ਹਾਂ ਜੀ, ਇਹ ਮਤਲਬ ਟੋਟ ਹੋ ਚੁੱਕੀ ਹੈ ਜੀ, ਬਹੁਤ ਵੱਡੀ ਹੈ, ਸੁਬਹਾ 5 ਵਜੇ, ਅਤੇ ਇਹ ਜਿਹੜੀ ਟੋਟ ਹੋਈ ਹੈ ਇਹ ਸਾਰੀ ਮਹਿਕਮੇ ਦੀ ਅਣਗਹਿਲੀ ਕਾਰਨ ਹੋਈ ਹੈ, ਕਿਉਂਕਿ ਮਹਿਕਮੇ ਨੇ ਸੂਹੇ ਦੀ ਸਫਾਈ ਨਹੀਂ ਕਰਵਾਈ ਜੀ। ਸਫਾਈ ਨਾ ਕਰਵਾਉਣ ਕਰਕੇ ਸੂਹਾ ਅੱਧਾ ਹੀ ਮਤਲਬ ਬੰਦ ਹੋਇਆ ਪਿਆ, ਦੋਨੇ ਪਾਸੇ ਸਿਲਟ ਚੜ੍ਹੀ ਪਈ ਹੈ 4-4 ਫੁੱਟ, ਉਹ ਸਿਲਟ ਦੇ ਕਾਰਨ ਸੂਹਾ ਓਵਰਫਲੋ ਚੱਲ ਰਿਹਾ ਸੀਗਾ ਜੀ, ਓਵਰਫਲੋ ਚੱਲਣ ਕਾਰਨ ਸੂਹੇ ਦੀ ਟੋਟ ਹੋ ਗਈ, ਟੋਟ ਹੋਣ ਕਾਰਨ ਸਾਡਾ ਘੱਟੋ ਘੱਟ 300-400 ਏਕੜ 'ਚ ਪਾਣੀ ਵੜ ਗਿਆ ਜੀ, 1-2 ਘਰ ਵੀ ਡਿੱਗਣ ਵਾਲੇ ਆ ਪਰਲੇ ਪਾਸੇ, ਸਾਰਾ ਮਤਲਬ ਜਿਹੜਾ ਝੋਨਾ ਸੀ ਉਹ ਵੀ ਮਾਰਿਆ ਗਿਆ, ਨਰਮਾ ਵੀ ਮਾਰਿਆ ਗਿਆ, 5-7 ਮੋਟਰਾਂ ਸੀਗੀਆਂ ਉਹ ਵੀ ਡੁੱਬ ਗਈਆਂ ਜੀ ਪਾਣੀ ਦੇ ਵਿੱਚ। ਇਸ ਕਰਕੇ ਅਸੀਂ ਮਹਿਕਮੇ ਨੂੰ ਵੀ ਅਪੀਲ ਕਰਦੇ ਹਾਂ ਅਤੇ ਪੰਜਾਬ ਸਰਕਾਰ ਨੂੰ ਵੀ ਅਪੀਲ ਕਰਦੇ ਹਾਂ ਕਿ ਸਾਡੀ ਗਰਦਾਵਰੀ ਕਰਾ ਕੇ ਕਿਸਾਨਾਂ ਨੂੰ ਮਤਲਬ ਜੋ ਵੀ ਉਹਦਾ ਮੁਆਵਜ਼ਾ ਬਣਦਾ ਹੈ ਉਹ ਦਿੱਤਾ ਜਾਵੇ। ਪ੍ਰਸ਼ਾਸਨ ਦੀ ਤੜਕੇ ਸੁਬਹਾ 5 ਵਜੇ ਦਾ ਸੂਹਾ ਟੁੱਟਿਆ ਸਾਡਾ, ਨਾ ਇੱਥੇ ਕੋਈ ਪ੍ਰਸ਼ਾਸਨ ਆਇਆ, ਨਾ ਸਾਡੀ ਕੋਈ ਇੱਥੇ ਮਦਦ ਕਰੀ ਗਈ ਆ, ਇਹ ਪ੍ਰਸ਼ਾਸਨ ਦੀ ਵਜ੍ਹਾ ਨਾਲ ਸਾਰਾ ਕੰਮ ਹੋਇਆ। ਜਿੰਨਾ ਸੂਹੇ ਦੀ ਸਫਾਈ ਤੁਸੀਂ ਵੇਖ ਲਓ, ਜਮ੍ਹਾਂ ਸਾਰਾ ਸੂਹਾ ਘਾਣਾ ਭਰਿਆ ਪਿਆ, ਕੋਈ ਸਫਾਈ ਨਹੀਂ ਹੋਈ, ਇੱਧਰ 400 ਕਿੱਲੇ ਦਾ ਨੁਕਸਾਨ ਹੋ ਗਿਆ ਜੀ, ਆ ਸਾਰਾ ਪਿੰਡ 'ਚ ਪਾਣੀ ਪਿੰਡ ਦੀ ਪਹੁੰਚ ਚੁੱਕਿਆ ਜੀ, ਕੋਈ ਪ੍ਰਸ਼ਾਸਨ ਨਹੀਂ ਸਾਡੀ ਕੋਈ ਮਦਦ ਨਹੀਂ ਕਰੀ ਜੀ, ਸਾਰਾ ਪ੍ਰਸ਼ਾਸਨ ਦੀ ਨਲੇਕੀ ਨਾਲ ਕੰਮ ਹੋਇਆ। ਮੌਕੇ ਤੇ ਪਹੁੰਚੇ ਥਾਣਾ ਸੰਗਤ ਦੇ ਮੁਖੀ ਨੇ ਕਿਹਾ ਕਿ ਇਸ ਬਾਰੇ ਉਹਨਾਂ ਨੇ ਉੱਚ ਅਧਿਕਾਰੀਆਂ ਨੂੰ ਜਾਣੂ ਕਰਵਾ ਦਿੱਤਾ ਹੈ। ਪਿੰਡ ਘੁੱਦਾ ਤੋਂ ਬਾਜ ਰੋਡ ਦੇ ਨੇੜੇ ਬਾਹਦ ਪਿੰਡ ਬਾਜਕ ਸੂਹਾ ਟੁੱਟ ਗਿਆ, ਇਸ ਬਾਰੇ ਸੀਨੀਅਰ ਅਫਸਰ ਨੂੰ ਇਤਲਾਹ ਦਿੱਤੀ ਗਈ ਹੈ, ਮੈਂ ਮੌਕੇ 'ਤੇ ਪਹੁੰਚ ਗਿਆ।